ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ। ਕੌਣ ਤੇਰਾ ਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾਂ। ਹੇ ਪ੍ਰਭੂ, ਕੋਈ ਐਸੀ ਤੱਕੜੀ ਨਹੀਂ, ਕੋਈ ਐਸਾ ਵੱਟਾ ਨਹੀਂ ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ। ਕੋਈ ਐਸਾ ਸਰਾਫ ਨਹੀਂ ਜਿਸ ਨੂੰ ਮੈਂ ਤੇਰੇ ਗੁਣਾਂ ਦਾ ਅੰਦਾਜ਼ਾ ਲਾਉਣ ਵਾਸਤੇ ਸਾਧ ਸਕਾਂ। ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾਂ, ਕਹਿ ਪਹਿ ਮੁੱਲ ਕਰਾਵਾਂ। ਮੈਨੂੰ ਕੋਈ ਐਸਾ ਉਸਤਾਦ ਨਹੀਂ ਦਿਸਦਾ ਜਿਸ ਪਾਸੋਂ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਉਣ ਦੀ ਜਾਤ ਸਿੱਖ ਸਕਾਂ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਹੇ ਮੇਰੇ ਸੋਹਣੇ ਪ੍ਰਭੂ ਜੀ, ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿੱਚ ਕਿਤਨੀਆਂ ਕੁ ਸਿਫਤਾਂ ਹਨ। ਤੂੰ ਜਲ ਥਲ ਮਹੀਲ ਭਰਪੂਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਓ। ਤੂੰ ਪਾਣੀ ਵਿੱਚ ਭਰਪੂਰ ਹੈ, ਤੂੰ ਧਰਤੀ ਦੇ ਅੰਦਰ ਵਿਆਪਕ ਹੈ, ਤੂੰ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ, ਤੂੰ ਆਪ ਹੀ ਸਭ ਜੀਵਾਂ ਵਿੱਚ ਸਭ ਥਾਵਾਂ ਵਿੱਚ ਸਮਾਇਆ ਹੋਇਆ ਹੈ, ਰਹਾਓ। ਮਨ ਤਾਇਆ ਜੀ ਚਿਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ। ਹੇ ਪ੍ਰਭੂ, ਜੇ ਮੇਰਾ ਮਨ ਤੱਕੜੀ ਬਣ ਜਾਏ, ਜੇ ਮੇਰਾ ਚਿੱਤ ਤੋਲਣ ਵਾਲਾ ਵੱਟਾ ਬਣ ਜਾਏ, ਜੇ ਮੈਂ ਤੇਰੀ ਸੇਵਾ ਕਰ ਸਕਾਂ, ਤੇਰਾ ਸਿਮਰਨ ਕਰ ਸਕਾਂ, ਜੇ ਇਹ ਸੇਵਾ ਸਿਮਰਨ ਮੇਰੇ ਵਾਸਤੇ ਸਰਾਫ ਬਣ ਜਾਏ। ਘੱਟ ਹੀ ਪੀਤਰ ਸੋ ਸੋਹ ਤੋਲੀ, ਇਨ ਬਿਧ ਚਿੱਤ ਰਹਾਵਾਂ। ਤੇਰੇ ਗੁਣਾਂ ਦਾ ਮੈਂ ਅੰਤ ਤਾਂ ਨਹੀਂ ਪਾ ਸਕਾਂਗਾ, ਪਰ ਇਹਨਾਂ ਤਰੀਕਿਆਂ ਨਾਲ ਮੈਂ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿੱਚ ਟਿਕਾ ਕੇ ਰੱਖ ਸਕਾਂਗਾ। ਮੈਂ ਆਪਣੇ ਹਿਰਦੇ ਵਿੱਚ ਹੀ ਉਸ ਖਸਮ ਪ੍ਰਭੂ ਨੂੰ ਬੈਠਾ ਜਾਂਚ ਸਕਾਂਗਾ। ਆਪੇ ਕੰਡਾ ਤੋਲ ਤੇਰਾ ਜੀ, ਆਪੇ ਤੋਲਣ ਹਾਰਾ। ਪ੍ਰਭੂ ਹਰੇਕ ਥਾਂ ਵਿਆਪਕ ਹੈ, ਆਪਣੀ ਵਡਿਆਈ ਵੀ ਉਹ ਆਪ ਹੀ ਜਾਣਦਾ ਹੈ ਅਤੇ ਜਾਂਚ ਸਕਦਾ ਹੈ। ਉਹ ਆਪ ਹੀ ਤੱਕੜੀ ਹੈ, ਤੱਕੜੀ ਦਾ ਵੱਟਾ ਹੈ, ਤੱਕੜੀ ਦੀ ਬੋਧੀ ਹੈ। ਉਹ ਆਪ ਹੀ ਆਪਣੇ ਗੁਣਾਂ ਨੂੰ ਤੋਲਣ। ਆਪੇ ਦੇਖੇ ਆਪੇ ਬੂਝੇ, ਆਪੇ ਹੈ ਵਣਜਾਰਾ। ਉਹ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਜੀਵ ਰੂਪ ਹੋ ਕੇ ਜਗਤ ਵਿੱਚ ਨਾਮ ਵਣਜ ਕਰ ਰਿਹਾ ਹੈ। ਅੰਦਲਾ ਨੀਚ ਜਾਤ ਪਰਦੇਸੀ, ਖਿਣ ਆਵੇ ਤਿਲ ਜਾਵੇ। ਜੋ ਮਨ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ, ਜੋ ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਦੀ ਮੈਲ ਨਾਲ ਨੀਵੀਂ ਜਾਤੀ ਦਾ ਬਣਿਆ ਹੋਇਆ ਹੈ, ਜੋ ਸਦਾ ਭਟਕਦਾ ਰਹਿੰਦਾ ਹੈ, ਰਤਾ ਮਾਤਰ ਵੀ ਕਿਤੇ ਇੱਕ ਥਾਂ ਟਿਕ ਨਹੀਂ ਸਕਦਾ। ਤਾਂ ਕੀ ਸੰਗਤ ਨਾਨਕ ਰਹਿਦਾ, ਕਿਉਂ ਕਰ ਮੂੜਾ ਪਾਵੈ। ਨਾਨਕ ਦੀ ਸੰਗਤ ਸਦਾ ਉਸ ਮਨ ਨਾਲ ਹੈ, ਜਿਸ ਕਰਕੇ ਅਣਜਾਣ ਨਾਨਕ ਪਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ। ਅੰਦਲਾ ਨੀਚ ਜਾਤ ਪਰਦੇਸੀ, ਖਿਨ ਆਵੇ ਤਿਲ ਜਾਵੇ। ਤਾਂ ਕੀ ਸੰਗਤ ਨਾਨਕ ਰਹਿਦਾ, ਕਿਉਂ ਕਰ ਮੂੜਾ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।